ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜਗਵਨ ਟੀਵੀ ਮੈਂ ਹਰੀਸ਼ ਬਠਲਾ ਮਾਮਲਾ ਆਇਆ ਹਰਿਆਣਾ ਸੋਨੀਪਤ ਦਾ ਪਿੰਡ ਖੇੜੀ ਦਾ ਜਿੱਥੇ ਇੱਕ 62 ਵਰਸ਼ੀਆ ਔਰਤ ਜਿਹਦਾ ਇੱਕ ਉਤੋਤਾ ਪੁੱਤਰ ਸੀ ਜੋ ਕਿ ਸਾਰੀ ਜਾਇਦਾਦ ਦਾ ਉਹ ਮਾਲਕ ਸੀ ਉਸ ਨੂੰ ਪਰਿਵਾਰ ਵੱਲੋਂ ਗਲਤ ਹਰਕਤਾਂ ਕਾਰਨ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਸੀ ਉਸ ਨੇ ਆਪਣੀ ਮਾਂ ਦੇ ਉੱਪਰ ਕਈ ਵਾਰ ਕੀਤੇ ਜਿਹਦੀ ਮੌਕੇ 'ਤੇ ਹੀ ਮੌਤ ਹੋ ਗਈ ਉੱਥੋਂ ਸੁਣਾਉਂਦੇ ਹਾਂ ਮ੍ਰਿਤਕ ਦਾ ਦੇਵਰ ਕੀ ਕਹਿ ਰਿਹਾ ਪਿੰਡ ਵਾਸੀ ਕੀ ਕਹਿ ਰਹੇ ਹਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ माँ घर पर थी वो था उसने पता वारदात करी है चाकू मार रखी है तो कितनी कितनी आयु थी इतने मेरे पास कॉल गई इतने में आया इतने में भाग गया कितनी आयु थी उसकी माँ की क्या नाम था उसकी 57 क्या नाम था निर्मला देवी अच्छा लड़के का क्या नाम था जो नवीन कितनी उम्र थी इसकी ये 27-28 अच्छा क्या करता था लड़का ये बेदखल वगैरह भी किया होता है हाँ बेदखल करवा रखा है कितने चक्कुमार रखते हैं लगभग कहाँ पे 27-28 साल गए लड़के की अच्छा चक्कू कितने के मार रखे थे कहाँ पे कहाँ था मार रखे पेट में